ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਦੋ ਬੱਚਿਆਂ ਦੀ ਮਾਂ ਦੀ ਪ੍ਰੇਮ ਕਹਾਣੀ ਦੁਖਦ ਅੰਤ ਨਾਲ ਹੋਈ ਪੂਰੀ। ਮਹਿਲਾ ਅਤੇ ਉਸਦੇ ਪ੍ਰੇਮੀ ਨੇ ਖਾਧੀ ਜ਼ਹਿਰੀਲੀ ਵਸਤੂ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕੋਨ ਵੀ ਦਬਾ ਲਓ। ਆਲਟੂ ਨਿਊਜ਼ ਦਾ ਐਪ ਵੀ ਗੂਗਲ ਪਲੇ ਸਟੋਰ ਦੇ ਉੱਤੇ ਆ ਚੁੱਕਾ ਹੈ। ਇਸ ਨੂੰ ਡਾਊਨਲੋਡ ਕਰਕੇ ਇਸ ਦੇ ਅੰਦਰ ਹੀ ਵੀਡੀਓ ਤੇ ਖਬਰਾਂ ਤੁਸੀਂ ਦੇਖ ਸਕਦੇ ਹੋ। ਇਹ ਖਬਰ ਅਬੋਹਰ ਤੋਂ ਆਈ ਹੈ, ਜਿੱਥੇ ਦੋ ਬੱਚਿਆਂ ਦੀ ਮਾਂ ਨੇ ਅੱਜ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਟਨਾਸ਼ਕ ਪੀ ਲਈ। ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਪ੍ਰੇਮੀ ਵਿਅਕਤੀ ਦਾ ਪੂਰਾ ਹੋ ਗਿਆ, ਜਦਕਿ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਾਬਾ ਕੋਕੜੀਆਂ ਦੇ ਵਸਨੀਕ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਸਦਾ ਵਿਆਹ ਕੁਝ ਸਮਾਂ ਪਹਿਲਾਂ ਬੇਅੰਤ ਕੌਰ ਨਾਲ ਹੋਇਆ ਸੀ। ਉਸਦੇ ਦੋ ਬੱਚੇ ਵੀ ਹਨ ਤੇ ਉਹ ਮਿਸਤਰੀ ਦਾ ਕੰਮ ਕਰਦਾ ਹੈ। ਜਦੋਂ ਉਹ ਕੰਮ ਤੇ ਗਿਆ ਤਾਂ ਉਸਨੂੰ ਪਿੰਡ ਦੇ ਵਸਨੀਕ ਨੇ ਬੁਲਾਇਆ। ਚਰੋੜਖੇੜਾ ਵਾਸੀ ਸਾਹਿਬ ਰਾਮ ਪੁੱਤਰ ਪੂਰੀ ਉਮਰ 35 ਸਾਲ ਨੇ ਅਤੇ ਉਸਦੀ ਪਤਨੀ ਬੇਅੰਤ ਨੇ ਗੋਬਿੰਦਗੜ੍ਹ ਵਿਖੇ ਕੀਟਨਾਸ਼ਕ ਦਵਾਈ ਦਾ ਸੇਵਨ ਕੀਤਾ ਸੀ, ਜਿਸ ਕਾਰਨ ਉਹਨਾਂ ਦੀ ਹਾਲਤ ਖਰਾਬ ਹੋ ਗਈ ਸੀ। ਸੂਚਨਾ ਮਿਲਦੇ ਹੀ ਜਗਦੀਸ਼ ਕਿਸੇ ਤਰ੍ਹਾਂ ਕਾਰ ਲੈ ਕੇ ਮੌਕੇ ਤੇ ਪਹੁੰਚ ਗਿਆ ਤੇ ਉੱਥੇ ਦੋਵਾਂ ਨੂੰ ਤੜਪਦਾ ਦੇਖ ਕੇ ਉਹ ਹੱਕਾ ਬੱਕਾ ਰਹਿ ਗਿਆ। ਤੁਰੰਤ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਸਾਹਿਬਰਾਮ ਨੇ ਪਹੁੰਚਦਿਆਂ ਹੀ ਦਮ ਤੋੜ ਦਿੱਤਾ। ਜਦਕਿ ਉਸਦੀ ਪਤਨੀ ਦੀ ਹਾਲਤ ਗੰਭੀਰ ਹੋਣ ਕਰਕੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਦੋਂ ਜਗਦੀਸ਼ ਗੋਬਿੰਦਗੜ੍ਹ ਪਹੁੰਚਿਆ ਤਾਂ ਸਾਹਿਬਰਾਮ ਦੀ ਜੇਬ ਦੇ ਵਿੱਚ ਰੱਖੇ ਪਰਸ ਦੇ ਵਿੱਚੋਂ ਉਸਦੀ ਪਤਨੀ ਦੀ ਫੋਟੋ ਮਿਲੀ ਉਸਨੂੰ, ਤੇ ਨਾਲ ਹੀ ਆਧਾਰ ਕਾਰਡ ਤੇ ਹੋਰ ਦਸਤਾਵੇਜ਼ ਵੀ ਮਿਲੇ। ਇਹ ਦੇਖ ਕੇ ਉਹ ਦੰਗ ਰਹਿ ਗਿਆ, ਜਦਕਿ ਉਹ ਸਾਹਿਬਰਾਮ ਨੂੰ ਜਾਣਦਾ ਵੀ ਨਹੀਂ ਸੀ। ਇਸ ਤੋਂ ਬਾਅਦ ਉਸਨੇ ਪਿੰਡ ਝੋਰੜਖੇੜਾ ਸਥਿਤ ਉਕਤ ਸਾਹਿਬਰਾਮ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣਾ ਚਾਹਿਆ ਤਾਂ ਉੱਥੇ ਉਸਨੂੰ ਕੋਈ ਵੀ ਨਹੀਂ ਸੀ ਜਾਣਦਾ। ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਮੋਚਰੀ ਦੇ ਵਿੱਚ ਰਖਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ। ਜਗਦੀਸ਼ ਸਿੰਘ ਜੀ, ਪਿੰਡ ਢਾਬਾ ਕੋਕਰੀਆਂ। ਪਤਾ ਨਹੀਂ ਜੀ, ਘਰੋਂ ਦਵਾਈ ਲੈਣ ਦੇ ਕੰਮ ਬਣੇ ਸ਼ਹਿਰ ਆਈ ਹੈ ਜਨਾਨੀ, ਉਸ ਤੋਂ ਬਾਅਦ ਸਵੇਰੇ ਫੋਨ ਗਿਆ ਤਾਂ ਇਹਨਾਂ ਦਾ ਕਹਿੰਦਾ ਸੀ ਤਾਂ ਸਪਰੇ ਪੀ ਲਈ, ਇਹ ਉੱਥੋਂ ਲੱਭੇ ਸਾਨੂੰ ਸਮਸ਼ਾਨ ਘਾਟ ਕੋਲ, ਉੱਥੋਂ ਸੀ ਜਾਣਦੇ ਨਹੀਂ ਇਸ ਮੁੰਡੇ ਨੂੰ, ਅਸੀਂ ਤੱਕ ਤਾਂ ਜੀ ਪਹਿਲੀ ਵਾਰ ਵੇਖਿਆ ਨਹੀਂ ਕਦੀ, ਪਤਾ ਨਹੀਂ ਕਿਸ ਹਿਸਾਬ ਨਾਲ ਇਹ ਮੈਨੂੰ ਗੱਲਾਂ 'ਚ ਲਿਆ ਜਾਂ ਕੀ ਸਿਸਟਮ ਹੈ। ਦੋਵੇਂ ਜਣਿਆਂ ਨੇ ਸਦੇ ਪੀ ਲਈ ਇੱਥੇ ਆ ਕੇ ਐਡਮਿਟ ਕੀਤਾ ਸੀ ਸਰਕਾਰੀ ਹਸਪਤਾਲ ਜੀ। ਹਾਂਜੀ ਹਾਂਜੀ, ਅੱਜ ਦੋ ਪੇਸ਼ੈਂਟ ਸਾਡੇ ਕੋਲ ਆਏ ਸੀਗੇ, ਇੱਕ ਮੇਲ ਅਤੇ ਇੱਕ ਫੀਮੇਲ। ਫੀਮੇਲ ਦਾ ਨਾਮ ਬੇਅੰਤ ਕੌਰ ਅਤੇ ਮੇਲ ਦਾ ਨਾਮ ਸਾਹਿਬ ਸਿੰਘ। ਦੋਨੋਂ ਸਸਪੈਕਟਡ ਪੋਇਜ਼ਨਿੰਗ ਦੇ ਕੇਸ ਸੀਗੇ। ਮੇਲ ਦੀ ਡੈਥ ਹੋ ਚੁੱਕੀ ਹੈ ਅਤੇ ਫੀਮੇਲ ਨੂੰ ਅਸੀਂ ਰੈਫਰ ਕਰ ਦਿੱਤਾ।